ਭਾਜਪਾ ਦੇ ਸੀਨੀਅਰ ਲੀਡਰ ਮੀਨਾਕਸ਼ੀ ਵੱਲੋਂ ਅੱਜ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ ਤੇ ਮੰਦਿਰ ਦੇ ਵਿੱਚ ਨਤਮਸਤਕ ਹੋਏ ਨੇ, ਜਿਸ ਤੋਂ ਬਾਅਦ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰਾਂ ਦੀਆਂ ਬੇਰੁਖੀਆਂ ਦੇ ਕਰਕੇ ਅੱਜ ਪੰਜਾਬ ਜੋ ਕਿ ਕਿਸੇ ਵੇਲੇ ਪਹਿਲੇ ਨੰਬਰ ਤੇ ਹੁੰਦਾ ਸੀ, ਅੱਜ 27ਵੇਂ ਨੰਬਰ ਤੇ ਪਹੁੰਚ ਚੁੱਕਿਆ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਈ ਦਾਅਵੇ ਕਰਦੀ ਸੀ, ਕਈ ਵਾਅਦੇ ਕਰਦੀ ਸੀ, ਪਰ ਪੰਜਾਬ ਸਰਕਾਰ ਇਸ ਵੇਲੇ ਜ਼ੀਰੋ ਤੇ ਪਹੁੰਚ ਚੁੱਕੀ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕਈ ਕੰਮ ਕੀਤੇ ਨੇ ਤੇ ਕਾਂਗਰਸ ਦੇ ਵੇਲੇ ਜਿੱਥੇ ਪੂਰੇ ਦੇਸ਼ 'ਚ ਬਜਟ 5 ਲੱਖ ਕਰੋੜ ਸੀਗਾ, ਇਸ ਵੇਲੇ ਪੰਜਾਬ ਦਾ ਹੀ ਬਜਟ ਇਕੱਲਾ 2 ਲੱਖ ਕਰੋੜ ਦੇ ਕਰੀਬ ਪਹੁੰਚ ਚੁੱਕਿਆ। ਮੀਨਾਕਸ਼ੀ ਕੋ ਜਦੋਂ ਭਾਜਪਾ ਦੇ ਤੇ ਅਕਾਲੀ ਦਲ ਦੇ ਗਠਜੋੜ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਤੇ ਹਾਈਕਮਾਨ ਕੋਈ ਫੈਸਲਾ ਲੈ ਸਕਦੀ। ਮੀਨਾਕਸ਼ੀ ਨੇ ਲੁਧਿਆਣਾ ਤੋਂ ਲੋਕ ਸਭਾ ਸੀਟ ਤੇ ਚੋਣ ਲੜਨ ਸੰਬੰਧੀ ਵੀ ਸਵਾਲ ਪੁੱਛੇ ਜਾਣ ਤੇ ਕਿਹਾ ਕਿ ਇਹ ਵੀ ਪਾਰਟੀ ਹਾਈਕਮਾਨ ਵੱਲੋਂ ਫੈਸਲਾ ਲਿਆ ਜਾ ਸਕਦਾ, ਉਹ ਸੂਚੀ ਤਿਆਰ ਕਰਦੇ ਨੇ, ਉਹ ਅੰਤਿਮ ਫੈਸਲਾ ਲੈਣਗੇ, ਉਹੀ ਸਾਨੂੰ ਮਨਜ਼ੂਰ ਹੋਵੇਗਾ। ਇਸ ਤੋਂ ਇਲਾਵਾ ਮੀਨਾਕਸ਼ੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਜੋ ਮੁੱਦੇ ਹਨ ਉਹਨਾਂ ਨੂੰ ਅੱਜ ਅਸੀਂ ਜ਼ਰੂਰ ਨੋਟਿਸ ਕਰੇ। ਇਸ ਤੋਂ ਇਲਾਵਾ ਜਦੋਂ ਉਹਨਾਂ ਨੂੰ ਕਿਸਾਨੀ ਅੰਦੋਲਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਮੁੱਖ ਮੰਤਰੀ ਘਰ ਦੇ ਬਾਹਰ ਜਿਹੜਾ ਹੋਣਾ ਚਾਹੀਦਾ ਹੈ। ਜਿਹੜੇ ਪ੍ਰੈਸ ਦੇ ਮਿੱਤਰ ਨੇ ਸਾਰਿਆਂ ਨੂੰ ਜੀ ਆਇਆਂ ਨੂੰ, ਪੰਜਾਬ ਦੀ ਜਦੋਂ ਗੱਲ ਹੁੰਦੀ ਹੈ ਪੰਜਾਬੀ ਹੋਣ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਪੋਟੈਂਸ਼ੀਅਲ ਹੈ, ਜਿਹੜੀ ਕਪੈਸਿਟੀ ਹੈ, ਜਿਹੜੇ ਸਾਡੇ ਪੁਰਖਿਆਂ ਨੇ ਕੰਮ ਕੀਤੇ ਨੇ, ਉਹ ਆਪਾਂ ਸਿਰੇ ਲਾਉਣ ਦੀ ਜਗ੍ਹਾ ਉਹਨਾਂ ਨੂੰ ਨੀਵੇਂ ਕੀਤਾ। ਔਰ ਰੀਜ਼ਨ ਇਹੀ ਹੈ ਕਿ ਸਾਡੀ ਇੰਨੇ ਮਿਹਨਤੀ ਬੰਦੇ, ਇੰਨੇ ਚੰਗੇ ਬੰਦੇ, ਪਰ ਪੰਜਾਬ ਜਿਹੜਾ ਦੇਸ਼ ਦੀ ਤਰੱਕੀ ਦਾ ਧੂਰੀ ਸੀ, ਉਹ ਦੇਸ਼ ਦੀ ਤਰੱਕੀ ਦੀ ਧੂਰੀ ਨਹੀਂ ਰਹੀ, ਉਹ ਜਿਹੜੀ ਪੰਜਾਬ ਦੀ ਪੀੜ ਹੈ ਉਹ ਦੇਸ਼ ਦੀ ਪੀੜ ਬਣ ਗਈ ਹੈ। ਚਾਹੇ ਉਹ ਡਰੱਗਸ ਦਾ ਮਾਮਲਾ ਹੋਏ, ਚਾਹੇ ਉਹ ਲੋਅ ਐਂਡ ਆਰਡਰ ਦਾ ਪੋਜੀਸ਼ਨ ਹੋਏ, ਚਾਹੇ ਚੰਗਾ ਕੰਮ ਕਰਨ ਵਾਲੇ ਜਿਹੜੇ ਸਾਡੇ ਜਵਾਨ ਬੱਚੇ ਨੇ ਉਹ ਬਾਹਰ ਜਾਣ ਲੱਗੇ ਨੇ, ਅਤੇ ਇਹ ਸਾਰੇ ਜਿਹੜੇ ਸਾਡੇ ਦਰਦ ਨੇ ਉਹ ਪੀੜ ਦੇਸ਼ ਦੀ ਪੀੜ ਨਾ ਬਣ ਕੇ ਇਹ ਦੇਸ਼ ਦੀ ਜਿਹੜੀ ਸ਼ਕਤੀ ਹੈ ਉਹ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਰਲ ਮਿਲ ਕੇ ਕੰਮ ਕਰਨਾ ਪਏਗਾ। ਜਦੋਂ ਮੈਂ ਡਾਟਾ ਵੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਦੇ ਕੰਮ ਦੇ ਇਲਾਵਾ ਕੋਈ ਕੰਮ ਇੱਥੇ ਹੋਇਆ ਹੀ ਨਹੀਂ ਹੈ। ਮੈਂ ਤੁਹਾਨੂੰ ਇੱਕ ਇੱਕ ਸਕੀਮ ਦੇ ਥੱਲੇ ਕਿੰਨਾ ਕਿੰਨਾ ਗਿਆ ਉਹ ਵੀ ਦੱਸ ਸਕਦੀ ਹਾਂ, ਹੁਣੇ ਉਹ ਕੱਢ ਕੇ ਦੱਸ ਦਿਆਂਗੀ। ਲੇਕਿਨ ਮੋਟਾ ਮੋਟੀ ਗੱਲ ਕਰਾਂ ਤਾਂ ਜਦੋਂ 2014 'ਚ ਮੋਦੀ ਸਰਕਾਰ ਬਣ ਕੇ ਆਈ ਤਾਂ ਉਸ ਟਾਈਮ ਪੂਰੇ ਦੇਸ਼ ਦਾ ਜਿਹੜਾ ਬਜਟ ਸੀ ਉਹ 5 ਲੱਖ ਕਰੋੜ ਸੀ, ਪੂਰੇ ਦੇਸ਼ ਦਾ ਬਜਟ 5 ਲੱਖ ਕਰੋੜ ਸੀ। ਅੱਜ ਸਿਰਫ ਪੰਜਾਬ ਦਾ ਜਿਹੜਾ ਸੈਂਟਰਲ ਐਲੋਕੇਸ਼ਨ ਹੈ ਉਹ ਪੰਜਾਬ ਦੇ ਡਿਵੈਲਪਮੈਂਟ ਲਈ ਪੰਜਾਬ ਦਾ ਬਜਟ 2 ਲੱਖ ਕਰੋੜ ਹੈ, ਔਰ ਇਹ ਕੰਮ ਮੋਦੀ ਸਰਕਾਰ ਨੇ ਕਰਕੇ ਦਿੱਤਾ ਹੈ। ਤੁਸੀਂ ਚਾਹੇ ਨੈਸ਼ਨਲ ਹਾਈਵੇ ਦੀ ਗੱਲ ਕਰ ਲਓ, ਤੁਸੀਂ ਚਾਹੇ ਹਰ ਘਰ ਜਲ ਮਿਸ਼ਨ ਦੀ ਗੱਲ ਕਰ ਲਓ, ਸਵਦੇਸ਼ ਯੋਜਨਾ ਦੀ ਗੱਲ ਕਰ ਲਓ, ਪ੍ਰਸ਼ਾਦ ਯੋਜਨਾ 'ਚ ਜਿੰਨੇ ਸਾਡੇ ਵੱਡੇ ਗੁਰਦੁਆਰੇ ਨੇ ਉਹਨਾਂ ਦੇ ਰੱਖ ਰਖਾਵ ਦੀ ਗੱਲ ਕਰ ਲਓ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕਰ ਲਓ, ਇਹ ਸਾਰਾ ਦਾ ਸਾਰਾ ਜਿਹੜਾ ਕਰਤਾਰਪੁਰ ਕੋਰੀਡੋਰ ਬਣਾਉਣ ਦੀ ਗੱਲ ਕਰ ਲਓ, ਬਠਿੰਡਾ ਇਹ ਹੁਣ ਏਅਰਪੋਰਟ ਜਿਹੜੇ 31 ਤੋਂ ਹੈ ਤੁਹਾਡਾ ਜਲੰਧਰ ਸ਼ੁਰੂ ਹੋ ਰਿਹਾ ਅਤੇ ਉਹਦੇ ਬਾਅਦ ਇਹ ਜਿਹੜਾ ਸਾਡਾ ਲੁਧਿਆਣੇ ਦਾ ਉੱਥੇ ਵੀ ਕੰਮ ਚੱਲ ਰਿਹਾ। ਜਿੰਨੇ ਵੀ ਕੰਮ ਹੋਏ ਨੇ ਸੈਂਟਰਲ ਗਵਰਨਮੈਂਟ ਨੇ ਕਰਕੇ ਦਿੱਤੇ ਨੇ। ਸਮਾਰਟ ਸਿਟੀ 'ਚ ਵੀ ਸੈਂਟਰਲ ਗਵਰਨਮੈਂਟ ਨੇ ਪੈਸਾ ਭੇਜਿਆ, ਹੁਣ ਇੱਥੇ ਕੀ ਹੋਇਆ ਉਹ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ। ਅੰਮ੍ਰਿਤਸਰ ਵੀ ਸਮਾਰਟ ਸਿਟੀ 'ਚ ਪੈਸਾ ਭੇਜਿਆ, ਇੱਥੇ ਦੀ ਪ੍ਰੋਬਲਮ ਜਿੱਥੇ ਸੀ ਉੱਥੇ ਹੀ ਹੈ। ਬੁੜਾ ਨਾਲਾ ਅੱਜ ਵੀ ਬੁੜਾ ਨਾਲਾ ਹੀ ਰਹਿ ਗਿਆ, ਉਹ ਮੈਨੂੰ ਲੱਗਦਾ ਜਿਵੇਂ ਸੋਨੇ ਦੀ ਖਾਨ ਬਣ ਗਿਆ ਕੁਛ ਲੋਕਾਂ ਲਈ ਜਿਹੜੇ ਉਹਨੂੰ ਐਕਸਪਲੋਇਟ ਕਰਨ ਦਾ ਕੰਮ ਕਰਦੇ ਨੇ, ਪਰ ਉੱਥੇ ਕੰਮ ਕਰਨ ਦਾ ਕੰਮ ਨਹੀਂ ਕਰਦੇ। ਇੱਥੇ ਡਰੱਗਸ ਦੀ ਜਦੋਂ ਗੱਲ ਆਉਂਦੀ ਹੈ ਤਾਂ 26,000 ਸਾਡੇ ਯੁਵਾ ਉਹ ਡਰੱਗ ਦੀ ਚਪੇਟ 'ਚ ਆ ਕੇ ਉਹਨਾਂ ਦੀ ਮੌਤ ਹੋਈ ਹੈ ਇੱਕ ਸਾਲ 'ਚ। ਇੰਨਾ ਵੱਡਾ ਜਦੋਂ ਆਂਕੜਾ ਆਉਂਦਾ ਹੈ ਤਾਂ ਲੱਗਦਾ ਹੈ ਕਿ ਡਰੱਗ ਮਾਫੀਆ
ਜਿਹਨੂੰ ਖਤਮ ਕਰਨ ਲਈ ਤੁਸੀਂ ਇੱਥੇ ਸਰਕਾਰ ਬਦਲੀ ਸੀ, ਜਿਹਨੂੰ ਖਤਮ ਕਰਕੇ ਤੁਸੀਂ ਸੋਚਿਆ ਸੀ ਕਿ ਇੱਥੇ ਨਵੀਂ ਸਰਕਾਰ ਆ ਕੇ ਜਿਹੜੇ ਉਹਨਾਂ ਦਾ ਪ੍ਰੋਮਿਸ ਸੀ ਅਸੀਂ ਯੁਵਾ ਨੂੰ ਬਚਾਉਣਗੇ ਅਤੇ ਡਰੱਗਸ 'ਤੇ ਕੰਟਰੋਲ ਕਰਾਂਗੇ, ਉਹ ਕੰਮ ਨਹੀਂ ਹੋਇਆ। ਉਹਦਾ ਨੁਕਸਾਨ ਪੂਰਾ ਦੇਸ਼ ਭੁਗਤ ਰਿਹਾ ਹੈ, ਪੰਜਾਬ 'ਤੇ ਪਹਿਲਾਂ ਭੁਗਤ ਰਿਹਾ। ਪੰਜਾਬ ਸਾਡੀ ਜਿਹੜੀ ਕੌਮ ਹੈ, ਮੈਂ ਪੰਜਾਬੀ ਹਾਂ ਅਤੇ ਪੰਜਾਬੀ 'ਚ ਹੈ, ਮੇਰੇ ਪੁਰਖੇ ਸੀ, ਹੋਰ ਵੀ ਆਪਾਂ ਸਾਰਿਆਂ ਦੇ ਪੂਰਵਜ ਸੀ, ਸਾਰਿਆਂ ਨੇ ਰਲ ਮਿਲ ਕੇ ਦੇਸ਼ ਦੀ ਰੱਖਿਆ ਸੁਰੱਖਿਆ ਦਾ ਕੰਮ ਕੀਤਾ, ਸਾਰਿਆਂ ਨੇ ਮਿਲ ਕੇ ਦੇਸ਼ ਦੀ ਸੱਭਿਅਤਾ ਸੰਸਕ੍ਰਿਤੀ ਦਾ ਮਾਨ ਸਨਮਾਨ ਰੱਖਿਆ। ਅੱਜ ਜਿਹੜੇ ਉਹੀ ਬੰਦੇ, ਉਹੀ ਟੱਬਰ ਅੱਜ ਖੁਦ ਉਹ ਚਪੇੜ 'ਚ ਆ ਗਏ ਨੇ। ਡਰੱਗਸ ਹੋਏ, ਲੋਅ ਐਂਡ ਆਰਡਰ ਸਿਚੁਏਸ਼ਨ ਹੋਏ, ਧੀਆਂ ਕੁੜੀਆਂ ਦਾ ਜਿਵੇਂ ਰੋਜ਼ ਦੀ ਪਰੇਸ਼ਾਨੀ, ਉਹਨਾਂ ਨੂੰ ਚੱਲਣ ਫਿਰਨ ਦੀ ਪਰੇਸ਼ਾਨੀ, ਉਹ ਡਾਂਗਾ ਕੱਢਦੇ ਨੇ, ਹੜਤਾਲਾਂ ਦਾ ਕੰਮ ਹੋਏ ਲਗਾਤਾਰ ਇੱਥੇ। ਕਿਸਾਨਾਂ ਨੂੰ ਲੈ ਕੇ ਵੀ ਜਿੰਨਾ ਕੰਮ ਕੇਂਦਰ ਸਰਕਾਰ ਨੇ ਕੀਤਾ, ਚਾਹੇ ਉਹ ਕੋਈ ਵੀ ਕੰਮ ਹੋਏ, ਉਹ ਸੈਂਟਰਲ ਗਵਰਨਮੈਂਟ ਦੇ ਕੰਮ ਨੇ, ਪਰ ਸਟੇਟ ਗਵਰਨਮੈਂਟ ਨੇ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਕੰਮ ਨਹੀਂ ਕੀਤੇ। ਔਰ ਉਹਦਾ ਦਾ ਜਿਹੜਾ ਨਜ਼ਰੀਆ ਹੈ, ਉਹ ਨਜ਼ਰੀਆ ਸਾਨੂੰ ਸਾਰਿਆਂ ਤੋਂ ਦਿਸਦਾ ਹੈ ਕਿ ਇਹਨਾਂ ਨੇ ਚੁਣਾਵਾਂ 'ਚ ਵੀ ਇਹਨਾਂ ਨੂੰ ਆਪਣੇ ਮੰਤਰੀ ਕੱਢਣ ਪੈ ਗਏ, ਕਿਉਂਕਿ ਇੱਥੇ ਕੈਂਡੀਡੇਟ ਨਹੀਂ ਹੈ ਇਹਨਾਂ ਦੇ ਕੋਲ, ਇਸ ਕਰਕੇ ਇਹਨਾਂ ਨੂੰ ਮੰਤਰੀਆਂ ਨੂੰ ਉਤਾਰਨਾ ਪਿਆ। ਅਤੇ ਜਿਹੜਾ ਨਾਰਾ ਲਵਾਉਂਦੇ ਨੇ ਕਿ 13 ਦੀ 13 ਆਪਾਂ ਜਿੱਤ ਕੇ ਦੇਣਗੇ, 13 ਤੇ 0 ਹੋਏਗਾ, ਮੈਂ ਕਿਹਾ ਜਿਹੜੇ 0 ਬੰਦੇ ਨੇ ਉਹਨਾਂ ਨੂੰ 0 ਹੀ ਦਿਸਦਾ, ਇਹ 0 ਬੰਦੇ ਨੇ, ਇਹਨਾਂ ਨੇ ਪੰਜਾਬ ਨੂੰ 0 ਕਰਨ ਦੀ ਕੋਸ਼ਿਸ਼ ਕਰ ਲਈ ਹੈ। ਪਰ ਮੈਨੂੰ ਪੂਰਾ ਭਰੋਸਾ ਹੈ ਆਪਣੀ ਗਵਰਨਮੈਂਟ ਦੇ, ਸੈਂਟਰਲ ਗਵਰਨਮੈਂਟ 'ਤੇ, ਕਿ ਅਸੀਂ ਪੰਜਾਬ ਨੂੰ ਕਦੇ 0 ਨਹੀਂ ਹੋਣ ਦੇਣਗੇ, ਕਿਉਂਕਿ ਪੰਜਾਬ ਸਾਡੀ ਜਾਨ ਹੈ, ਪੰਜਾਬ ਦੇਸ਼ ਦਾ ਮਾਨ ਹੈ, ਅਤੇ ਪੰਜਾਬੀ ਅਤੇ ਪੰਜਾਬੀਅਤ ਨੂੰ ਜਿਉਂਦਾ ਰੱਖਣਾ, ਉਹਦੇ ਉਹਨੂੰ ਅੱਗੇ ਵਧਾਉਣ ਦਾ ਕੰਮ ਕਰਨਾ ਆਪਾਂ ਸਾਰਿਆਂ ਨੇ ਮਿਲ ਕੇ ਕਰਨਾ ਹੈ। ਇੱਥੇ ਦੇ ਬੰਦੇ ਜਿਹਨੇ ਚੰਗੇ ਨੇ, ਉਹਨਾਂ ਨੂੰ ਓਪਰਚੁਨਿਟੀਜ਼ ਚਾਹੀਦੀਆਂ ਨੇ, ਉਹਨਾਂ ਨੂੰ ਮੌਕਾ ਚਾਹੀਦਾ। ਆਪਾਂ ਤਾਂ ਸਾਰੇ, ਇੱਕ ਬੰਦਾ 100 ਦਾ ਕਰਨ ਜੋਗਾ, ਉਹਨੂੰ ਮੌਕਾ ਹੀ ਨਹੀਂ ਦਿਓਗੇ, ਤੁਸੀਂ ਸੜਕਾਂ ਤੋੜ ਕੇ ਰੱਖੋਗੇ, ਪਾਣੀ ਨਹੀਂ ਪਹੁੰਚਾਓਗੇ, ਕੋਈ ਹੋਰ ਕੰਮ ਨਹੀਂ ਕਰੋਗੇ, ਚੋਰੀ ਚਕਾਰੀ ਵਾਲਿਆਂ ਨੂੰ ਵਧਾਓਗੇ, ਹਰ ਚੁਰਾਏ 'ਤੇ ਤੁਸੀਂ ਠੇਕਾ ਖੋਲ੍ਹ ਦਿਓਗੇ। ਇਹ ਜਿਹੜੇ ਕੰਮ ਨੇ, ਬੱਚਿਆਂ ਦਾ ਸਕੂਲ ਨੇੜੇ ਹੋਏ, ਕੁੜੀਆਂ ਦਾ ਕਾਲਜ ਨੇੜੇ ਹੋਏ, ਉਹਨਾਂ ਕੋਈ ਫਰਕ ਨਹੀਂ ਪੈਂਦਾ, ਕੰਮ ਐਕਸਪੋਰਟ ਦਾ ਹੋਏ, ਸਾਨੂੰ ਲੇਬਰ ਜਿਹੜੀ ਚਾਹੀਦੀ ਹੈ ਉਹਨੇ ਉਹਦੇ ਲਈ ਜਿਹੜੇ ਕੰਮ ਕਰਨੇ ਨੇ ਉਹ ਕੰਮ ਨਹੀਂ ਕਰਕੇ, ਇਹ ਜਿਹੜੇ ਹੋਰ ਉਗਰਾਹੀ ਦੇ ਧੰਦੇ ਇੱਥੇ ਬਣ ਗਏ ਨੇ ਉਹਨੂੰ ਖਤਮ ਕਰਨਾ। ਅਤੇ ਪੰਜਾਬੀਆਂ ਨੇ ਮਿਲ ਕੇ ਪੰਜਾਬੀਅਤ ਨੂੰ, ਪੰਜਾਬ ਨੂੰ ਅਤੇ ਦੇਸ਼ ਦੇ ਮਾਨ ਸਨਮਾਨ ਨੂੰ ਬਚਾਉਣ ਦਾ ਕੰਮ ਕਰਨਾ, ਇਹੀ ਮੇਰਾ ਸੰਦੇਸ਼ ਹੈ। ਤੁਸੀਂ ਕਹੋਗੇ ਮੈਨੂੰ ਡਿਟੇਲ ਦੇਣ ਲਈ, ਅਤੇ ਚਾਹੇ ਚਮਕੌਰ ਸਾਹਿਬ ਹੈ, ਚਾਹੇ ਅਨੰਦਪੁਰ ਸਾਹਿਬ ਹੈ, ਚਾਹੇ ਸਾਡੇ ਹੋਰ ਬਠਿੰਡਾ ਹੈ, ਜਿਹਨੇ ਸਾਡੇ ਇਤਿਹਾਸਿਕ ਗੁਰਦੁਆਰਿਆਂ ਨੇ, ਉਹ ਸਾਰੇ ਇਤਿਹਾਸਿਕ ਗੁਰਦੁਆਰਿਆਂ ਲਈ ਵੀ ਕੇਂਦਰ ਸਰਕਾਰ ਨੇ ਜਿਹੋ ਜਿਹਾ ਕੰਮ ਕੀਤਾ, ਉੱਥੇ ਜਿੰਨੀ ਗ੍ਰਾਂਟਸ ਦਿੱਤੀਆਂ ਨੇ, ਉਹ ਪ੍ਰਸ਼ਾਦ ਸਕੀਮ, ਸਵਦੇਸ਼ ਸਕੀਮ 'ਚ ਮੈਂ ਤੁਹਾਨੂੰ ਆਂਕੜਾ ਵੀ ਦੱਸ ਦਿਆਂਗੀ। ਇੱਥੇ ਜਿਹੜਾ ਕੋਰੀਡੋਰ ਬਣਿਆ ਦਿੱਲੀ ਅੰਮ੍ਰਿਤਸਰ ਕਟਰਾ, ਉਹ ਕੋਰੀਡੋਰ ਦਾ ਵੀ ਕੰਮ ਸ਼ੁਰੂ ਹੈ। ਇਹ ਗ੍ਰੀਨਫੀਲਡ ਕੋਰੀਡੋਰ ਜਿਹੜਾ ਬਣ ਰਿਹਾ ਉਹਦਾ ਵੀ, ਮੁਕਤਸਰ ਸਾਹਿਬ ਜਿਹਦਾ, ਉਹ ਵੀ ਕੰਮ ਸ਼ੁਰੂ ਹੈ। ਇਹ ਬਹੁਤ ਵੱਡੇ ਵੱਡੇ ਕੰਮ ਹੋ ਰਹੇ ਨੇ, ਫਲਾਈਓਵਰ, RUBs, ਬੰਦੇ ਕੱਟ ਕੱਟ ਕੇ ਰੇਲਵੇ 'ਤੇ ਮਰਦੇ ਸੀ, ਹੁਣ ਉਹਨਾਂ ਦੀ ਜਾਨ ਬਚਾਉਣ ਦਾ ਕੰਮ, ਟ੍ਰੈਫਿਕ ਸਿਚੁਏਸ਼ਨ ਨੂੰ ਬਿਹਤਰ ਕਰਨ ਦਾ ਕੰਮ, ਸੈਂਟਰ ਆਫ ਸਿਟੀ ਜਿਹਨੇ ਜਾਮ ਲੱਗਦੇ ਸੀ ਉਹਨਾਂ ਨੂੰ ਠੀਕ ਕਰਨ ਦਾ ਕੰਮ ਜਿਹੜਾ ਹੈ ਉਹ ਕੇਂਦਰ ਸਰਕਾਰ ਨੇ ਕੀਤਾ। ਨੌਰਥ ਜ਼ੋਨ ਟੋਟਲ 500 ਤੋਂ ਉੱਤੇ, 500 ਤੋਂ ਉੱਤੇ ਸਾਡੇ ਜਿਹੜੇ ਰੇਲਵੇ ਸਟੇਸ਼ਨਸ ਨੇ, 560 ਨੇ, ਉਹਨਾਂ ਦੀ ਰੀਵੈਂਪਿੰਗ ਦਾ ਕੰਮ ਹਾਲੇ ਥੋੜ੍ਹੇ 1-2 ਹਫ਼ਤੇ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਨੋਗਰੇਟ ਕੀਤਾ ਸੀ।
ਜਦੋਂ 71 ਜਿਹੜੇ ਸਾਡੇ ਰੇਲਵੇ ਸਟੇਸ਼ਨਸ ਨੇ ਉਹ ਨੌਰਥ ਜ਼ੋਨ ਦੇ ਨੇ, ਸਾਰਿਆਂ ਤੋਂ ਵੱਧ ਜਿਹੜਾ ਪੈਸਾ ਹੈ 460 ਕਰੋੜ ਉਹ ਲੁਧਿਆਣੇ ਨੂੰ ਮਿਲਿਆ। ਟੈਕਸਟਾਈਲ ਹੱਬ ਲੁਧਿਆਣਾ ਡਿਵੈਲਪ ਹੋ ਸਕੇ ਉਹਦੇ ਲਈ ਸੈਂਟਰਲ ਗਵਰਨਮੈਂਟ ਨੇ ਪਲਾਨ ਕੀਤਾ ਹੈ, ਅਤੇ ਮੰਡੀ ਗੁਰੂ ਗੋਬਿੰਦਗੜ੍ਹ ਜਿਹੜਾ ਮੰਡੀ ਗੁਰੂ ਗੋਬਿੰਦਗੜ੍ਹ ਹੈ ਉਹਨੂੰ ਸਟੀਲ ਦੀ ਹੱਬ, ਸਟੀਲ ਸਕ੍ਰੈਪ ਤੋਂ ਸਟੀਲ ਬਣਾਉਣ ਦਾ ਕੰਮ ਉਹ ਹੱਬ ਡਿਵੈਲਪ ਕਰਨ ਦਾ ਕੰਮ ਕੀਤਾ ਹੈ। ਜਿਹੜੀ ਇੱਥੇ ਡੰਪਿੰਗ ਹੋ ਰਹੀ ਸੀ ਅਤੇ ਅੰਡਰ ਇਨਵੋਇਸਿੰਗ ਹੋ ਰਹੀ ਸੀ ਦੋਨਾਂ 'ਚ, ਉਹਨੂੰ ਠੀਕ ਕਰਕੇ ਇਹਨਾਂ ਨੇ ਟੈਕਸੇਸ਼ਨ ਨੂੰ ਵੀ ਮਿਨੀਮਮ ਟੈਕਸ ਕਰਕੇ ਉਹ ਹੁਣ ਐਂਟੀ ਡੰਪਿੰਗ ਕੰਮ ਵੀ ਇੱਥੇ ਕਰਕੇ ਦਿੱਤਾ ਹੈ ਸੈਂਟਰਲ ਗਵਰਨਮੈਂਟ ਨੇ, ਕਿ ਕਿਸੇ ਤਰੀਕੇ ਨਾਲ ਅਸੀਂ ਜਿਹੜੇ ਐਸਪੀਰੇਸ਼ਨਲ ਇੰਡੀਆ ਦੀ ਅਗਰ ਕੋਈ ਵੱਡੀ ਮਿਸਾਲ ਹੈ ਤਾਂ ਉਹ ਪੰਜਾਬ ਹੈ। ਪੰਜਾਬ ਦੇਸ਼ ਦੀ ਆਨ ਬਾਨ ਸ਼ਾਨ ਸੀ, ਨੰਬਰ 1 ਦੀ ਸਟੇਟ 27-28 ਨੰਬਰ 'ਤੇ ਪਹੁੰਚ ਗਈ ਹੈ, ਹੁਣ ਸਾਨੂੰ ਇਹਨੂੰ ਵਾਪਸ 1 ਨੰਬਰ 'ਤੇ ਲੈ ਕੇ ਆਉਣਾ। ਇਹੀ ਮੇਰਾ ਅੱਜ ਦਾ ਸਟੇਟਮੈਂਟ।